ਦੱਸੋ ਇਹ ਹਸਪੀਟਲ ਜਿਹੜਾ ਕਿ ਪ੍ਰਾਈਮ ਹੈ ਔਰ ਪ੍ਰਾਈਮ ਦੇ ਨਾਮ ਦੇ ਉੱਤੇ ਤੁਸੀਂ ਇਹਨੂੰ ਸੇਵਾ ਦੇ ਵਿੱਚ ਲੈਂਦਾ ਹੈ ਕਿਵੇਂ ਤੁਹਾਡੇ ਮਨ 'ਚ ਆਇਆ ਕਿ ਤੁਸੀਂ ਆਪਣੀ ਇੱਕ ਵਧੀਆ ਸੇਵਾ ਜਿਹੜੀ ਹੈਗੀ ਆ ਪਹਿਲਾਂ ਸਰਕਾਰੀ ਹਸਪੀਟਲ 'ਚ ਕੀਤੀ ਬੜਾ ਲੰਬਾ ਸਮਾਂ ਔਰ ਕਿਵੇਂ ਤੁਹਾਡੇ ਮਨ 'ਚ ਆਇਆ ਕਿ ਮੈਂ ਆਪਣਾ ਜਿਹੜਾ ਹੈਗਾ ਖੁਦ ਨੂੰ ਇਸ ਚੀਜ਼ ਨਾਲ ਟੈਂਗਾ ਇਹ ਇੱਕ ਵੈਸੇ ਤਾਂ ਜੀ ਹਰ ਇੱਕ ਮਤਲਬ ਜੋ ਵੀ ਡਾਕਟਰ ਦਾ ਇੱਕ ਨਾ ਇੱਕ ਸੁਪਨਾ ਹੁੰਦਾ ਵੀ ਕਦੇ ਨਾ ਕਦੇ ਮੈਂ ਆਪਣਾ ਕੰਮ ਜ਼ਰੂਰ ਕਰਾਂ ਹਰ ਇੱਕ ਪਰਸਨ ਦਾ ਹਰ ਇੱਕ ਫੀਲਡ 'ਚ ਹੀ ਹੁੰਦਾ ਅਤੇ ਮੇਰਾ ਵੀ ਪਹਿਲਾਂ ਤਾਂ ਇਹ ਸੀਗਾ ਵੀ ਮੈਂ ਆਪਣਾ ਕੰਮ ਸ਼ੁਰੂ ਕਰਾਂ ਪਹਿਲਾਂ ਮੈਂ ਸਰਕਾਰੀ ਹੋਸਪਿਟਲ ਸੇਵਾਵਾਂ ਦਿੱਤੀਆਂ ਉਸ ਤੋਂ ਬਾਅਦ ਜੋ ਮੇਰਾ ਪਹਿਲਾਂ ਤੋਂ ਇਹ ਐਂਬੀਸ਼ਨ ਸੀਗੀ ਵੀ ਆਪਣਾ ਕੰਮ ਕੀਤਾ ਜਾਵੇ ਫਿਰ ਹੌਲੀ ਹੌਲੀ ਇਹ ਕਦਮ ਚੁੱਕ ਲਿਆ ਜੀ ਅਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੁਹਾਡਾ ਸਰ ਇੰਟਰਨਲ ਮੈਡੀਸਨ ਦੀ ਜਿਹੜੀ ਕਿ ਇੱਕ ਬੜੀ ਯੂਨੀਕ ਫੀਚਰ ਹੈਗਾ ਔਰ ਬਹੁਤ ਘੱਟ ਡਾਕਟਰ ਸਾਨੂੰ ਇਹਦੇ ਮਿਲਦੇ ਹੈਗੇ ਆ ਕਿਵੇਂ ਤੁਸੀਂ ਆਪਣੀ ਇਹ ਜਿਹੜੀਆਂ ਡਿਗਰੀਆਂ ਹਾਸਲ ਕੀਤੀਆਂ ਕਿੱਥੋਂ ਇਹ ਮੈਂ ਆਪਣੀ MBBS ਤਾਂ ਅੰਮ੍ਰਿਤਸਰ ਤੋਂ ਕੀਤੀ ਹੈ ਮੈਡੀਕਲ ਕਾਲਜ ਤੋਂ ਅਤੇ ਜਿਹੜੀ MD ਮੈਂ ਫਿਰ ਦਿੱਲੀ ਤੋਂ ਕੀਤੀ ਹੈ ਅਤੇ ਉਸ ਤੋਂ ਬਾਅਦ ਮੈਂ PGI ਰਿਹਾ SRSHIP ਕੀਤੀ PGI 'ਚ ਅਤੇ ਸਫਦਰਜੰਗ ਹੋਸਪਿਟਲ ਦਿੱਲੀ 'ਚ ਵੀ ਕੀਤੀ ਆਪਣੀ SRSHIP ਉੱਥੋਂ ਕਰਕੇ ਫਿਰ ਮੈਂ ਗੌਰਮੈਂਟ ਜੋਬ ਚਲਾ ਗਿਆ ਸੀ ਗੌਰਮੈਂਟ ਜੋਬ 'ਚ ਲਾਏ 5 ਸਾਲ ਉਸ ਤੋਂ ਬਾਅਦ 5 ਸਾਲ ਲਾਉਣ ਤੋਂ ਬਾਅਦ ਫਿਰ ਮੈਂ ਇੱਧਰ ਆਪਣਾ ਸਟੈਪ ਲਿਆ ਆਪਣਾ ਪ੍ਰਾਈਵੇਟ ਸ਼ੁਰੂ ਕਰਨ ਦਾ ਦੱਸਾਂ ਜੀ ਪ੍ਰਾਈਮ ਹੋਸਪਿਟਲ 'ਚ ਕੀ ਕੀ ਤੁਹਾਡੀਆਂ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਦੱਸਾਂ ਕਿਉਂ ਅੱਜ ਕੱਲ੍ਹ ਮਤਲਬ ਪਹਿਲਾਂ ਵਾਲਾ ਸਟਾਈਲ ਜਿਹੜਾ ਹੈਗਾ ਔਰ ਅੱਜ ਵਾਲਾ ਸਟਾਈਲ ਹੈ ਕਿਉਂ ਅੱਜ ਕੱਲ੍ਹ ਬਿਮਾਰੀਆਂ ਜਿਹੜੀਆਂ ਹੈਗੀਆਂ ਕਿਉਂਕਿ ਕਦੇ ਕਦੇ ਅੱਗੇ ਦੇਖਿਆ ਜਾਂਦਾ ਸੀ ਫਲਾਣੇ ਨੂੰ ਦਰੰਗ ਹੋ ਗਿਆ ਔਰ ਬੜੀ ਲੋਕਾਂ ਨੂੰ ਇਸ ਗੱਲ ਦੀ ਟੈਂਸ਼ਨ ਹੁੰਦੀ ਸੀ ਅੱਜ ਕੱਲ੍ਹ ਅਸੀਂ ਦੇਖ ਰਹੇ ਕਿ ਬੜੇ ਇਸ ਚੀਜ਼ ਦੇ ਚੀਜ਼ਾਂ ਵੱਧ ਰਹੀਆਂ ਨੇ ਹਾਰਟ ਅਟੈਕ ਦੇ ਕਿਸੇ ਤਾਵੇਂ ਟੱਲੇ ਨੂੰ ਹੁੰਦਾ ਹੁੰਦਾ ਸੀਗਾ ਆਪਾਂ ਬੜਾ ਡਰਦੇ ਹੁੰਦੇ ਸੀ ਜਦੋਂ ਕਿਸੇ ਨੂੰ ਆਪਣੇ ਬਜ਼ੁਰਗਾਂ ਨੂੰ ਕਿਸੇ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਹੁੰਦੀ ਸੀ ਵੀ ਇਹਨੂੰ ਹਾਰਟ ਅਟੈਕ ਹੋਇਆ ਵਾ ਵੀ ਬੜਾ ਡਰਦੇ ਉਹਨਾਂ ਨੂੰ ਬੜਾ ਖਾਣੇ ਦੇ ਕੌਨਸ਼ੀਅਸ ਹੁੰਦੇ ਸੀਗੇ ਲੇਕਿਨ ਅੱਜ ਕੱਲ੍ਹ ਤਾਂ ਬੜਾ ਇਹ ਮਤਲਬ ਕਾਮਨ ਜੀ ਚੀਜ਼ਾਂ ਬਣ ਗਈਆਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੇਖੋ ਆਪਣਾ ਸਭ ਤੋਂ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਟ ਕੀਤਾ ਜੀ ਮੇਨ ਇਹਦੇ ਵਿੱਚ ਜਿਹੜਾ ਆਪਣਾ ਜਿਹੜਾ ਲਾਈਫ ਸਟਾਈਲ ਆ ਬਹੁਤ ਚੇਂਜ ਹੋਇਆ ਪਹਿਲਾਂ ਪਹਿਲਾਂ ਲੋਕ ਕੰਮ ਕਰਦੇ ਸੀ ਹੁਣ ਆਪਣਾ ਜਿਹੜਾ ਸਡੈਂਟਰੀ ਲਾਈਫ ਸਟਾਈਲ ਹੋ ਗਿਆ ਈਵਨ ਜੇ ਆਪਾਂ ਡਾਕਟਰਸ ਦਾ ਵੀ ਦੇਖੀਏ ਬਹੁਤ ਜ਼ਿਆਦਾ ਸਡੈਂਟਰੀ ਲਾਈਫ ਸਟਾਈਲ ਹੋ ਗਿਆ ਆਪਾਂ ਬੈਠਣ ਦਾ ਕੰਮ ਜ਼ਿਆਦਾ ਹੋ ਗਿਆ ਅਤੇ ਜਿਹੜੀ ਫਿਜ਼ੀਕਲ ਐਕਟੀਵਿਟੀ ਆ ਉਹ ਬਹੁਤ ਘੱਟ ਗਈ ਹੈ ਲੋਕਾਂ ਉਹਦੇ ਕਰਕੇ ਅਤੇ ਦੂਸਰਾ ਜਿਹੜੇ ਸਮੋਕਿੰਗ ਅਲਕੋਹਲਿਜ਼ਮ ਇਹ ਵੀ ਕਾਫੀ ਜ਼ਿਆਦਾ ਹੋ ਗਿਆ ਇਹ ਸਾਰੇ ਰਿਸਕ ਫੈਕਟਰਸ ਨੇ ਜਿਹੜੇ ਵੱਧ ਰਹੇ ਨੇ ਉਹ ਰਿਸਕ ਫੈਕਟਰਸ ਦੇ ਵਧਣ ਨਾਲ ਆਪਣਾ ਜੋ ਸਟ੍ਰੋਕ ਦਾ ਡਾਇਬਟੀਜ਼ ਦਾ ਹਾਈਪਰਟੈਂਸ਼ਨ ਦਾ ਜਾਂ ਹਾਰਟ ਅਟੈਕਸ ਦਾ ਉਹ ਰਿਸਕ ਵੀ ਜਿਹੜਾ ਅਤੇ ਇੰਸੀਡੈਂਟ ਜਿਹੜੇ ਇੰਸੀਡੈਂਟਸ ਵੀ ਹੈ ਉਹ ਵੀ ਵੱਧ ਰਿਹਾ ਉਹਦੇ ਨਾਲ ਮੇਨ ਫੈਕਟਰ ਇਹੀ ਹੈ ਪਹਿਲਾਂ ਤਾਂ ਹੁੰਦਾ ਯੂ ਮੀਨ ਟੂ ਸੇ ਕਿ ਜਿੰਨਾ ਚਿਰ ਆਪਾਂ ਆਪਣੇ ਸਰੀਰ ਨੂੰ ਹਿਲਾਵਾਂਗੇ ਜਿੰਨਾ ਚਿਰ ਆਪਾਂ ਆਪਣੇ ਕਲੋਰੀਆਂ ਨੂੰ ਤੋੜਾਂਗੇ ਆਪਾਂ ਮਿਹਨਤ ਕਰਾਂਗੇ ਉਨੇ ਦਿਨ ਅਸੀਂ ਜਿਹੜਾ ਹੈਗਾ ਇਸ ਚੀਜ਼ ਨੂੰ ਆਪਣੇ ਸਵਸਥ ਰੱਖਦੇ ਹੁੰਦੇ ਸੀਗੇ ਔਰ ਕੰਮ ਕਰਦੇ ਜਿੱਦਾਂ ਤੁਸੀਂ ਕਿਹਾ ਸਾਈਕਲ ਚਲਾਉਂਦੇ ਹੋਰ ਜਿਹੜੇ ਹੈਗੇ ਆਪਣੇ ਐਕਟੀਵਿਟੀ ਸੀਗੀਆਂ ਅੱਜ ਐਕਟੀਵਿਟੀਜ਼ ਘਟਣ ਕਰਕੇ ਜਿਹੜੇ ਹੈਗੇ ਆ ਕਿਉਂਕਿ ਆਪਾਂ ਸਰੀਰ ਨੂੰ ਹਿਲਾਉਂਦੇ ਨਹੀਂ ਤਾਂ ਤਦਾਂਗ ਦੇ ਵੀ ਚਾਂਸ ਜ਼ਿਆਦਾ ਹੋ ਗਏ ਸ਼ੂਗਰ ਦੇ ਬਲੱਡ ਪ੍ਰੈਸ਼ਰ ਦੇ ਮਤਲਬ ਇਹਦਾ ਮਤਲਬ ਇਹ ਸਾਡੇ ਆਪਣੇ ਨਾਲ ਹੀ ਆਪਣੇ ਆਪਣੇ ਵਿੱਚ ਹੀ ਅਟੈਚ ਹੈਗੀਆਂ ਚੀਜ਼ਾਂ ਜਿਹੜੇ ਆਪਣਾ ਖਾਣ ਪੀਣ ਹੈ ਉਹ ਵੀ ਬਹੁਤ ਚੇਂਜ ਹੋਇਆ ਇਹ ਸਾਰੇ ਜਿਹੜੇ ਇਹਦੇ ਨਾਲ ਇਹਦੇ ਵਿੱਚ ਜਿਹੜੇ ਹੈਗੇ ਨੇ ਕਾਰਨ ਹੈਗੇ ਨੇ ਜਿਹਨਾਂ ਇਹ ਚੀਜ਼ਾਂ ਜਿਹੜੀਆਂ ਵੱਧ ਰਹੀਆਂ ਨੇ ਪਹਿਲਾਂ ਨਾਲ ਡਾਕਟਰ ਸਰ ਜਿਵੇਂ ਜਿਵੇਂ ਬਿਮਾਰੀਆਂ ਵੱਧ ਰਹੀਆਂ ਨੇ ਉਵੇਂ ਇਲਾਜ ਵੀ ਜਿਹੜਾ ਅੱਗੇ ਤਾਂ ਬੜੇ ਰੇਅਰ ਹੁੰਦੇ ਸੀ ਇਲਾਜ ਲੇਕਿਨ ਜਿੱਦਾਂ ਤੁਸੀਂ ਤਾਂ ਇੰਟਰਨਲ ਮੈਡੀਸਨ ਦੀ ਸਾਰੀ ਤੁਹਾਨੂੰ ਇਹ ਚੀਜ਼ ਦੀ ਨੌਲੇਜ ਔਰ ਵੱਡੇ ਵੱਡੇ ਹੋਸਪਿਟਲਾਂ 'ਚ ਤੁਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੈਂਡਲ ਕੀਤੀਆਂ ਔਰ ਆਪਣੇ ਆਪ ਥਾਂ ਦੇ ਨਾਲ ਉਹਨਾਂ ਨੂੰ ਸਹੀ ਕੀਤਾ ਇਹ ਵੀ ਕਾਰਨ ਹੈ ਕਿ ਅੱਜ ਜਿਵੇਂ ਜਿਵੇਂ ਬਿਮਾਰੀਆਂ ਵੱਧ ਰਹੀਆਂ ਇਲਾਜ ਵੱਧ ਰਹੇ ਨੇ ਤੁਹਾਡੀ ਨੌਲੇਜ ਜਿੱਦਾਂ ਕਿ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਅਪਡੇਟ ਰੱਖਦੇ ਹੋ ਹਮੇਸ਼ਾ ਕਾਨਫਰੰਸਿਸ ਅਟੈਂਡ ਕਰਦੇ ਹੋ ਔਰ ਆਪਣੇ ਆਪ ਨੂੰ ਕਦੇ ਨਹੀਂ ਸੋਚਦੇ ਵੀ ਮੈਂ ਹੁਣ ਪਰਫੈਕਟ ਹੋ ਗਿਆ ਇਹ ਵੀ ਕਾਰਨ ਹੈ ਕਿ ਜਿਹੜੇ ਨਈਆਂ ਨਈਆਂ ਚੀਜ਼ਾਂ ਆਉਂਦੀਆਂ ਉਹਦਾ ਨਾਲ ਦੀ ਨਾਲ ਹੀ ਜਿਹੜਾ ਹੈਗਾ ਸੋਲੂਸ਼ਨ ਜਿਹੜੇ ਨਏ ਆ ਰਹੇ ਹਾਂਜੀ ਹਾਂਜੀ ਦੇਖੋ ਮੈਡੀਕਲ ਫੀਲਡ ਇੱਕ ਇੰਨੀ ਵਾਸਟ ਫੀਲਡ ਹੈ ਜੀ ਇਹਦੇ ਵਿੱਚ ਮੈਂ ਤਾਂ ਇਹ ਮੇਰਾ ਇਹ ਵਿਚਾਰ ਆ ਵੀ ਕੋਈ ਵੀ ਬੰਦਾ ਪਰਫੈਕਟ ਨਹੀਂ ਹੋ ਸਕਦਾ ਕਦੇ ਵੀ ਹਰ ਇੱਕ ਲਰਨਿੰਗ ਸਟੇਜ ਪੂਰੀ ਉਮਰ ਚੱਲਦੀ ਰਹਿੰਦੀ ਹੈ ਡਾਕਟਰਸ ਦੀ ਉਹ ਸਿੱਖਣਾ ਪੈਂਦਾ ਨਵੀਆਂ ਟੈਕਨੀਕਸ ਨੂੰ ਨਵੀਆਂ ਜੋ ਵੀ ਇਲਾਜ ਹੁੰਦੇ ਨੇ ਉਹਨਾਂ ਨਾਲ ਆਪਾਂ ਨੂੰ ਅਪ ਟੂ ਡੇਟ ਰਹਿਣਾ ਪੈਂਦਾ ਅਤੇ ਇਵੇਂ ਜਿਹੜੀ ਆਪਣੀ ਸਾਇੰਸ ਹੈ ਜੋ ਵੀ ਮੈਡੀਕਲ ਫੀਲਡ ਦੀ ਹੋਈ ਉਹ ਐਡਵਾਂਸ ਹੁੰਦੀ ਜਾਂਦੀ ਹੈ ਨਵੇਂ ਨਵੇਂ ਇਲਾਜ ਨਵੇਂ ਨਵੀਆਂ ਮੈਡੀਸਨਸ ਉਹ ਜਿਹੜੀਆਂ ਆਉਂਦੀਆਂ ਰਹਿੰਦੀਆਂ ਅਤੇ ਉਹ ਆਪਾਂ ਨੂੰ ਪੇਸ਼ੈਂਟ ਲਈ ਆਪਾਂ ਨੂੰ ਅਪਲਾਈ ਕਰਨੀ ਪੈਂਦੀ ਹੈ ਅਪ ਟੂ ਡੇਟ ਰਹਿਣਾ ਪੈਂਦਾ ਡਾਕਟਰ ਸਰ ਬਾਅਦ ਜਿੱਦਾਂ ਅਸੀਂ ਦੇਖਿਆ ਥਾਇਰਾਇਡ ਦੇ ਲਈ ਥਾਇਰਾਇਡ ਜਿਹੜੀ ਹੈਗੀ ਇੱਕ ਐਸੀ ਚੀਜ਼ ਹੈ ਜਿਹੜੀ ਇੱਕ ਵਾਰੀ ਲੱਗ ਜਾਂਦੀ ਹੈ ਅਤੇ ਲਾਈਫ ਲੌਂਗ ਜਿਹੜਾ ਹੈਗਾ ਬੰਦੇ ਨੂੰ ਉਹ ਕਰਦੀ ਆ ਲੇਕਿਨ ਥੋੜ੍ਹੀ ਜਿਹੀ ਥਾਇਰਾਇਡ ਜਿਹਦੇ ਕਰਕੇ ਅੱਜ ਇਨਫਰਟੈਲਿਟੀ ਜਿਹਦੇ ਕਰਕੇ ਅੱਜ ਮੋਟਾਪਾ ਜਿਹਦੇ ਕਰਕੇ ਅੱਜ ਸੀਡੇਟਿਵਨੈਸ ਜਿਹਦੇ ਕਰਕੇ ਵਾਲ ਝੜਨੇ ਉਹਦੇ ਬਾਰੇ ਕੀ ਕਹਿਣਾ ਚਾਹੋ ਥਾਇਰਾਇਡ ਡਿਜ਼ੀਜ਼ ਇਹ ਬਿਲਕੁਲ ਤੁਸੀਂ ਸਹੀ ਜ਼ਿਕਰ ਕੀਤਾ ਬਿਲਕੁਲ ਇਹ ਬਿਮਾਰੀ ਹੈ ਐਸੀ ਜੋ ਕਿ ਇਹਦਾ ਇਲਾਜ ਮੋਸਟਲੀ ਪੇਸ਼ੈਂਟ ਨੂੰ ਪੂਰੀ ਉਮਰ ਲੈਣਾ ਪੈਂਦਾ ਅਤੇ ਇਹ ਇੱਕ ਹਾਰਮੋਨ ਹੁੰਦਾ ਥਾਇਰਾਇਡ ਜੋ ਆਪਣੇ ਸਰੀਰ 'ਚ ਬਣਨਾ ਬੰਦ ਹੋ ਜਾਂਦਾ ਜਾਂ ਜ਼ਿਆਦਾ ਬਣਦਾ ਦੋ ਤਰ੍ਹਾਂ ਦਾ ਥਾਇਰਾਇਡ ਹੁੰਦਾ ਅਤੇ ਇਹ ਦੋਨਾਂ ਦਾ ਆਪਾਂ ਨੂੰ ਡੀਲਿੰਗ ਹੈ ਜਿਹੜੀ ਮੈਡੀਸਨਸ ਨਾਲ
ਤੇ ਕਈ ਵਾਰ ਆਪਾਂ ਨੂੰ ਜੋ ਦਵਾਈ ਪਿਲਾਉਣੀ ਪੈਂਦੀ ਹੈ ਸਪੈਸ਼ਲ ਰੇਡੀਓ ਆਇਓਡੀਨ ਪਿਲਾਉਣੀ ਵੀ ਪੈਂਦੀ ਹੈ ਜਾਂ ਕਈ ਵਾਰ ਸਰਜਰੀ ਵੀ ਕਰਨੀ ਪੈਂਦੀ ਹੈ ਥਾਇਰਾਇਡ ਦੀ, ਇਹ ਸਾਰੇ ਦੋ ਤਿੰਨ ਇਲਾਜ ਇਹਦੇ ਹੈਗੇ ਜੋ ਕਰਨੇ ਪੈਂਦੇ ਅਤੇ ਇਹ ਆਟੋਮਿਊਨ ਡਿਜ਼ੀਜ਼ ਹੈ, ਬੇਸਿਕਲੀ ਆਟੋਮਿਊਨ ਡਿਜ਼ੀਜ਼ ਹੁੰਦੀ ਹੈ ਜਿਹੜੀ ਆਪਣੀ ਆਟੋਮਿਊਨਿਟੀ ਕਰਕੇ ਆਪਣੇ ਅੰਦਰ ਹੀ ਐਂਟੀਬੋਡੀਜ਼ ਆਪਣੇ ਅਗੇਂਸਟ ਬਣ ਜਾਂਦੀਆਂ ਨੇ ਅਤੇ ਉਹਦੇ ਨਾਲ ਹੁੰਦੀ ਹੈ। ਇਹਦਾ ਇਲਾਜ ਮੋਸਟਲੀ ਮੈਨੂੰ ਦੱਸਿਆ ਲਾਈਫ ਲੌਂਗ ਹੀ ਚੱਲਦਾ। ਅੰਡਰ ਸਰ ਅਸੀਂ ਦੇਖ ਰਹੇ ਹਾਂ ਕਿ ਸਵੇਰ ਦੇ 10 ਵਜੇ ਆ ਔਰ ਯੂਰੋ ਪੀਡ ਇਜ਼ ਵੈਰੀ ਫੁੱਲ ਐਂਡ ਪੇਸ਼ੈਂਟਸ ਖੜਨ ਦੀ ਮਤਲਬ ਜਿਹੜੇ ਹੈਗੇ ਉਹ ਵੀ ਜਗ੍ਹਾ ਇੱਥੇ ਹੈ ਨੀ, ਕੀ ਕਾਰਨ ਹੈ ਕਿ ਇਹ ਤੁਹਾਡੀ ਉਹ ਸੇਵਾ ਜਿਹੜੀ 5 ਸਾਲ ਤੁਸੀਂ ਇੱਥੇ ਹੋਸਪਿਟਲ 'ਚ ਕੀਤੀ ਔਰ ਆਪਣੀ ਚੇਨ ਬਣਾਈ ਹੈਗੀ ਆ ਉਹਦੇ ਨਾਲ ਅਟੈਚਮੈਂਟ ਜਿਹੜੀ ਹੈਗੀ ਇੰਨੀ ਵੱਡੀ ਹੋਈ ਲੋਕਾਂ ਦੀ ਔਰ ਤੁਹਾਡੇ ਹੱਥ 'ਚ ਸਫਾ ਤਾਂ ਹੈ ਹੀ, ਕਿਉਂਕਿ ਹਰ ਬੰਦਾ ਕਹਿੰਦਾ ਵੀ ਜੇ ਡਾਕਟਰ ਸਾਹਿਬ ਦਾ ਹੱਥ ਲੱਗ ਗਿਆ ਤਾਂ ਉਹ ਸਹੀ ਹੋ ਜਾਊ। ਇਹ ਦੇਖੋ ਮੇਰੇ, ਮੈਂ ਇਹ ਕਹਿੰਦਾ ਜੀ ਮੇਰੇ ਪੇਸ਼ੈਂਟਸ ਦਾ ਜੋ ਹੈ ਮਾਨ ਸਤਿਕਾਰ ਹੈ ਜੋ ਮੇਰੇ ਪੇਸ਼ੈਂਟਸ ਨੇ ਮੈਨੂੰ ਦਿੱਤਾ ਹੈ, ਜੋ ਮੇਰੇ ਤੋਂ ਵਿਸ਼ਵਾਸ ਕਰਦੇ ਨੇ ਇੰਨਾ, ਪਰ ਮੇਰਾ ਇਹ ਹੈ ਵੀ ਮੈਂ ਆਪਣਾ ਬੈਸਟ ਦੇਵਾਂ ਆਪਣੇ ਪੇਸ਼ੈਂਟ ਲਈ, ਕਿਸੇ ਨਾਲ ਕੋਈ ਗਲਤ ਨਾ ਹੋਵੇ, ਕੋਈ ਉਹਦਾ ਫਾਲਤੂ ਖਰਚਾ ਨਾ ਹੋਵੇ, ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਅਤੇ ਮੈਂ ਆਪਣਾ ਬੈਸਟ ਦਿੰਦਾ ਆਪਣੇ ਪੇਸ਼ੈਂਟ ਲਈ। ਬਾਕੀ ਉਹਨਾਂ ਦੀ ਜੋ ਵੀ ਆਪਾਂ ਕਹਿ ਲਈਏ ਉਹਨਾਂ ਦਾ ਆਸ਼ੀਰਵਾਦ ਹੈ ਪੇਸ਼ੈਂਟਸ ਦਾ ਹੈ ਜੋ ਇੰਨਾ ਵਿਸ਼ਵਾਸ ਆਪਣੇ ਡਾਕਟਰ 'ਤੇ ਕਰਦੇ ਨੇ। ਔਰ ਦੱਸੋ ਅੱਜ ਕੱਲ੍ਹ ਦੇ ਚਾਈਲਡਹੁੱਡ ਜਿਹੜਾ ਕਿ ਇੱਕ ਆਪਾਂ ਤਾਂ ਯੰਗ ਬਲੱਡ ਦੀ ਗੱਲ ਕਰਦੇ, ਲੇਕਿਨ ਜਿਹੜੇ ਚਾਈਲਡਹੁੱਡ ਹੈ ਉੱਥੋਂ ਹੀ ਸੀਡੇਟਿਵਲੀ ਲਾਈਫ ਸਟਾਈਲ ਔਰ ਉੱਥੋਂ ਹੀ ਸਟਾਈਲ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਂਦਾ ਕਿ ਅੱਜ ਮੋਬਾਈਲ 2 ਸਾਲ ਦਾ ਬੱਚਾ ਜਿਹੜਾ ਲੈ ਕੇ ਬੈਠ ਰਿਹਾ ਔਰ ਉਹਦੇ 'ਚ ਗੇਮਸ ਖੇਡ ਰਿਹਾ, ਅੱਖਾਂ ਦੀ ਅਲੱਗ ਇਫੈਕਟ, ਦਿਮਾਗ ਦਾ ਅਲੱਗ, ਕਿਉਂਕਿ ਉਹਨੂੰ ਖੁਸ਼ੀ ਜਿਹੜੀ ਹੈਗੀ ਹੈ, ਜਦੋਂ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਆਪਾਂ ਨੂੰ ਖੁਸ਼ੀ ਮਿਲੇਗੀ ਕਿਸੇ ਚੀਜ਼ 'ਚ, ਗੇਮ 'ਚ ਮਿਲੂਗੀ, ਉਹਦੀਆਂ ਖੁਸ਼ੀਆਂ ਤਾਂ ਪਹਿਲਾਂ ਹੀ ਉੱਥੇ ਤੱਕ ਸੀਮਤ ਹੋ ਜਾਂਦੀਆਂ, ਫਿਰ ਬਾਅਦ 'ਚ ਉਹਦਾ ਮਾਇੰਡ ਸੈੱਟ ਆਪਾਂ ਜਿਹੜਾ ਡਿਪਰੈਸ਼ਨ ਹੋਰ ਜਿਹੜੀਆਂ ਚੀਜ਼ਾਂ ਫੇਸ ਕਰਨੀਆਂ ਔਰ ਓਬੈਸਿਟੀ ਤਾਂ ਹੈ ਹੀ ਨੈਚੁਰਲੀ, ਉਹਦੇ ਬਾਰੇ ਕੀ ਕਹਿੰਦਾ? ਇਹ ਵੀ ਬਿਲਕੁਲ ਸਹੀ ਤੁਸੀਂ ਜ਼ਿਕਰ ਕੀਤਾ ਜੀ, ਇਹ ਆਪਣਾ ਜੋ ਵੀ ਇਹ ਗੈਜਟਸ ਨੇ, ਮੇਰਾ ਤਾਂ ਇਹ ਸਾਰਿਆਂ ਨੂੰ ਮਤਲਬ ਦੱਸਣ ਦਾ ਇਹ ਉਹ ਹੈ ਕਿ ਗੈਜਟਸ ਨੂੰ ਘੱਟ ਤੋਂ ਘੱਟ ਬੱਚਿਆਂ ਨੂੰ ਜੋ ਹੈ ਦੇਣੇ ਚਾਹੀਦੇ ਹਨ, ਉਹਦੇ ਨਾਲ ਤੁਹਾਡੀ ਬਿਲਕੁਲ ਸਹੀ ਹੈ, ਸਡੈਂਟਰੀ ਲਾਈਫ ਸਟਾਈਲ ਵੀ ਅੱਗੇ ਉਹਨਾਂ ਦੀ ਆਦਤ ਬਣ ਜਾਂਦੀ ਹੈ ਇਹ ਚੀਜ਼ਾਂ ਕਰਨ ਦੀ। ਆਪਾਂ ਬੱਚਿਆਂ ਨੂੰ ਦੇਖੋ ਖੇਡਣ ਦੀ ਉਮਰ ਹੁੰਦੀ ਹੈ, ਜਿੰਨਾ ਆਊਟਡੋਰ ਐਕਟੀਵਿਟੀਜ਼ ਕਰਨਗੇ ਉਹਨੇ ਉਹ ਸਿਹਤਮੰਦ ਰਹਿਣਗੇ, ਅਤੇ ਜਿਹੜੇ ਆਪਣੇ ਫੂਡ ਹੈਬਿਟਸ ਨੇ ਉਹ ਵੀ ਆਪਾਂ ਨੂੰ ਜਿਹੜੇ ਵੈਸਟਰਨ ਜ਼ਿਆਦਾਤਰ ਆਪਾਂ ਅੱਜ ਕੱਲ੍ਹ ਅਪਣਾ ਰਹੇ ਹਾਂ ਉਹ ਵੀ ਘੱਟ ਕਰਨੇ ਚਾਹੀਦੇ ਨੇ। ਜਿਹੜੇ ਆਪਣੇ ਫੂਡ ਸੀ ਪੁਰਾਣੇ ਘਰ ਦਾ ਬਣਿਆ ਖਾਣਾ ਉਹ ਬਹੁਤ ਚੰਗਾ ਸੀ ਮੇਰੇ ਸਾਹਮਣੇ, ਜੋ ਅੱਜ ਦੇ ਫੂਡਸ ਨੇ ਜਿਵੇਂ ਜੋ ਵੀ ਪੈਕੇਜ ਫੂਡ ਨੇ, ਜੋ ਵੀ ਪੀਜ਼ਾਸ ਬਰਗਰਸ ਨੇ, ਇਹ ਸਾਰੇ ਹੈਲਦੀ ਨਹੀਂ ਹੈ ਮੇਰੇ ਸਾਹਮਣੇ, ਅਤੇ ਆਪਣੇ ਬੱਚਿਆਂ ਨੂੰ ਇਹਨਾਂ ਨੂੰ ਘੱਟ ਤੋਂ ਘੱਟ ਇਹਨਾਂ ਨੂੰ ਦੇਣੇ ਚਾਹੀਦੇ ਹਨ, ਨਿਊਟ੍ਰੀਸ਼ੀਅਸ ਫੂਡ, ਹੈਲਦੀ ਫੂਡ, ਜੋ ਆਪਣੇ ਫਰੂਟਸ ਨੇ, ਫਲ ਫਰੂਟਸ ਨੇ, ਗ੍ਰੀਨ ਵੈਜੀਟੇਬਲਸ ਨੇ, ਘਰ ਦਾ ਮਿਲਕ, ਦਹੀਂ, ਦੁੱਧ ਜੋ ਵੀ ਹੈ ਉਹ ਸਾਰਾ ਦੇਣਾ ਚਾਹੀਦਾ। ਉਹਦੇ ਨਾਲ ਨਾਲ ਅੱਜ ਕੱਲ੍ਹ ਲੋਕ ਸਨਸ਼ਾਈਨ ਤੋਂ ਬੜਾ ਸੁਭਾਅ ਮਤਲਬ ਆਪਣੇ ਪਹਿਲਾਂ ਵਾਲਾ ਜਿਹੜਾ ਸਟਾਈਲ ਸੀਗਾ ਆਪਾਂ ਖੇਲ ਵੀ ਲੈਂਦੇ ਸੀ, ਬਾਹਰ ਵੀ ਜਾਂਦੇ ਸੀ, ਸੂਰਜ ਨੂੰ ਆਪਾਂ ਪੂਰੀ ਤਰ੍ਹਾਂ ਗ੍ਰਹਿਣ ਕਰਦੇ ਸੀ, ਲੇਕਿਨ ਅੱਜ ਅਸੀਂ ਦੇਖ ਰਹੇ ਹਾਂ ਕਿ ਪ੍ਰੈਗਨੈਂਟ ਲੇਡੀਜ਼ ਨੂੰ, ਹਰੇਕ ਲੇਡੀਜ਼ ਨੂੰ ਤਕਰੀਬਨ ਜਿਹੜਾ ਹੈਗਾ ਇਸ ਵਿਟਾਮਿਨ ਡੀ ਦੀ ਔਰ ਕੈਲਸ਼ੀਅਮ ਦੀ ਜਿਹੜੀ ਕਮੀ ਰਹਿੰਦੀ ਹੈਗੀ ਆ, ਔਰ ਲੜਕਿਆਂ ਨੂੰ ਵੀ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਬੜਾ ਕੀ ਕਹਿਣਾ ਚਾਹੋਗੇ? ਵਿਟਾਮਿਨ ਡੀ ਦਾ ਜੀ ਦੇਖੋ ਇਹ ਬੜਾ ਡਿਬੇਟੇਬਲ ਟੌਪਿਕ ਹੈ ਵੈਸੇ। ਵਿਟਾਮਿਨ ਡੀ ਇੱਕ ਤਾਂ ਆਪਣੇ ਕੋਲ ਇੰਡੀਅਨ ਸਟੱਡੀਜ਼ ਨੇ ਜਿਹੜੇ ਬਹੁਤ ਘੱਟ ਨੇ, ਸਾਰੀਆਂ ਵੈਸਟਰਨ ਸਟੱਡੀਜ਼ ਨੇ, ਅਤੇ ਉਹਦੇ ਵਿੱਚ ਆਪਾਂ ਨੂੰ ਆਪਟੀਮਲ ਲੈਵਲ ਆਪਣੇ ਇੰਡੀਅਨ ਪਾਪੂਲੇਸ਼ਨ 'ਚ ਕੀ ਹੈ ਉਹ ਵੀ ਹਾਲੇ ਤੱਕ ਪੂਰਾ ਕਨਫਰਮ ਨਹੀਂ ਹੈ ਕੀ ਹੋਏਗਾ ਜੇ ਆਪਾਂ ਸਾਰੇ ਵੈਸਟਰਨ ਸਟੱਡੀ ਦੇ ਹਿਸਾਬ ਨਾਲ ਚੱਲਦੇ ਹਾਂ। ਪਰ ਹਾਂ ਇਹ ਜ਼ਰੂਰ ਹੈ ਕਿਉਂਕਿ ਆਪਣਾ ਉਹੀ ਸਾਰਾ ਲਾਈਫ ਸਟਾਈਲ ਮੋਡੀਫਿਕੇਸ਼ਨ ਹੋਣ ਕਰਕੇ, ਜੋ ਵੀ ਸਡੈਂਟਰੀ ਲਾਈਫ ਸਟਾਈਲ ਜਾਂ ਇਨਡੋਰ ਆਪਣੀ ਲਾਈਫ ਬਹੁਤ ਹੋ ਗਈ ਹੈ, ਉਹਦੇ ਨਾਲ ਕਿਤੇ ਨਾ ਕਿਤੇ ਤਾਂ ਇਹ ਮੈਟਰ ਕਰਦਾ ਵੀ ਜਿਹੜਾ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਬੰਦੇ ਨੂੰ ਹੁੰਦੀ ਹੈ, ਕਿਉਂਕਿ ਆਊਟਡੋਰ ਉਹਨੂੰ ਸਨ ਐਕਸਪੋਜ਼ਰ ਉਹਨਾਂ ਨਹੀਂ ਹੁੰਦਾ। ਅਤੇ ਪਰ ਠੀਕ ਹੈ, ਹੁਣ ਆਪਣੇ ਕੋਲ ਸਾਇੰਸ ਦੇ ਪ੍ਰੋਗਰੈਸ ਹੋਣ ਕਰਕੇ ਲੈਬ ਜਿਹੜੇ ਇਨਵੈਸਟੀਗੇਸ਼ਨ ਜ਼ਿਆਦਾ ਆ ਗਈਆਂ ਨੇ, ਲੋਕ ਆਪਣਾ ਲੈਵਲ ਬਹੁਤ ਜ਼ਿਆਦਾ ਚੈੱਕ ਕਰਾਉਂਦੇ ਨੇ, ਅਤੇ ਉਨੀ ਉਹ ਫਿਰ ਜਿਹੜੀ ਹੈ ਡੈਫੀਸ਼ੀਐਂਸੀ ਪਕੜੀ ਜਾ ਰਹੀ ਹੈ। ਪਹਿਲਾਂ ਕੋਈ ਵਿਟਾਮਿਨ ਡੀ ਚੈੱਕ ਨਹੀਂ ਕਰਵਾਉਂਦਾ ਸੀ, ਇਹ ਵੀ ਇੱਕ ਚੀਜ਼ ਮੈਟਰ ਕਰਦੀ ਹੈ। ਡਾਕਟਰ ਸਾਹਿਬ, ਬੀਂਗ ਇੰਟਰਨਲ ਮੈਡੀਸਨ ਦੇ ਤੁਸੀਂ MD ਕਰਕੇ ਔਰ ਇੰਨੇ ਇੰਨੇ ਵੱਡੇ ਹੋਸਪਿਟਲਾਂ 'ਚ ਲੈ, ਕੀ ਸੋਚਦੇ ਤੁਸੀਂ ਕਿ ਇੱਕ ਖੁਦ ਦੀ ਜਿਹੜੀ ਹੈਗੀ ਆ, ਕਿਉਂਕਿ ਜਦੋਂ ਆਪਾਂ ਵੱਡੇ ਹੋਸਪਿਟਲਾਂ 'ਚ ਜਾਂਦੇ ਹਾਂ ਅਤੇ ਉਹ ਜਿਹੜੇ ਡਾਕਟਰਸ ਹੈਗੇ ਆ ਉਹ ਵੱਡੇ ਡਾਕਟਰ ਬਾਅਦ ਵਿੱਚ ਉਹਨਾਂ ਨੂੰ ਮਿਲਦੇ ਆ ਲੋਕਾਂ ਨੂੰ, ਔਰ ਤੁਸੀਂ ਇੱਥੇ 24 ਘੰਟੇ ਆਪਣੇ ਜਿਹੜੀ ਸੇਵਾ ਜਿਹੜੀ ਆਪਣੇ ਮਨ ਨੂੰ ਤੁਸੀਂ ਇੱਕ ਸੇਵਾ ਭਾਵ ਦੇ ਨਾਲ ਇੱਥੇ ਬੈਠੇ ਹੋ, ਔਰ ਜਿਸ ਤਰੀਕੇ ਨਾਲ ਤੁਸੀਂ ਪੋਕਟ ਦਾ ਵੀ ਕਿਹਾ ਕਿ ਮੈਂ ਪੇਸ਼ੈਂਟ ਦੀ ਪੋਕਟ ਦਾ ਵੀ ਖਿਆਲ ਰੱਖਣਾ, ਇਹ ਚੀਜ਼ਾਂ ਵੀ ਹੈ ਜਿਹਦੇ ਕਰਕੇ ਲੋਕਾਂ ਨੂੰ ਜਲਦੀ ਜਿਹੜਾ ਰਿਲੀਫ ਹੁੰਦਾ ਔਰ ਅੱਜ ਜਿਹੜਾ ਇਹ ਤੁਹਾਨੂੰ ਪੋਜ਼ਿਟਿਵਿਟੀ ਮਿਲ ਰਹੀ ਆ, ਪੇਸ਼ੈਂਟ ਟੂ ਪੇਸ਼ੈਂਟ ਜਿਹੜੀ ਹੈਗੀ ਆ ਐਡ ਮਿਲ ਰਹੀ ਆ। ਅਸੀਂ ਤੁਹਾਡੇ ਨਾਲ ਬੜੀ ਔਖਿਆਈ ਨਾਲ ਤੁਹਾਨੂੰ ਅਸੀਂ ਆਪਣੇ ਇਸ ਇੰਟਰਵਿਊ ਲਈ ਵੀ ਬਣਾਇਆ, ਕਿਉਂਕਿ ਤੁਸੀਂ ਇਹਨਾਂ ਚੀਜ਼ਾਂ 'ਚ ਬੜਾ ਘੱਟ ਵਿਸ਼ਵਾਸ ਰੱਖਦੇ ਹੋ ਐਡਾਂ ਦੇ ਵਿੱਚ ਔਰ ਹੋਰ ਚੀਜ਼ ਦੇ ਵਿੱਚ, ਕੀ ਕਹਿਣਾ ਚਾਹੋ ਕਿ ਇਹ ਤੁਹਾਡੇ ਪੇਸ਼ੈਂਟਸ ਤੋਂ ਪੇਸ਼ੈਂਟ ਹੀ ਮਤਲਬ ਜਿਹੜੀ ਹੈਗੀ ਆ ਇਹ ਤੁਹਾਨੂੰ ਕਲੈਂਟਿਸ ਮਿਲੇਗੀ? ਬਿਲਕੁਲ ਜੀ, ਮੇਰਾ ਤਾਂ ਮੈਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਸੀ ਵੀ ਇਹ ਪੇਸ਼ੈਂਟ ਦਾ ਮੇਰੇ ਮਰੀਜ਼ਾਂ ਦਾ ਆਸ਼ੀਰਵਾਦ ਹੈ, ਇਹ ਹਰ ਇੱਕ ਡਾਕਟਰ ਦੀ ਵੈਸੇ ਕੋਸ਼ਿਸ਼ ਰਹਿੰਦੀ ਵੀ ਆਪਣੇ ਪੇਸ਼ੈਂਟ
ਮੈਂ ਆਪਣੇ ਪੇਸ਼ੈਂਟ ਨਾਲ ਕਦੇ ਗਲਤ ਨਾ ਕਰਾਂ, ਉਹਨੂੰ ਬੈਸਟ ਦੇਵਾਂ ਜਿੰਨਾ ਕੁ ਮੇਰਾ ਜੋ ਵੀ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਅਤੇ ਉਹਨਾਂ ਕੁ ਮੈਂ ਬੈਸਟ ਦੇਵਾਂ ਆਪਣੇ ਪੇਸ਼ੈਂਟ ਲਈ। ਮੇਰੇ ਖਿਆਲ ਜੋ ਮਾਊਥ ਟੂ ਮਾਊਥ ਪੇਸ਼ੈਂਟ ਟ੍ਰੀਟ ਹੋ ਕੇ ਜਾਂਦਾ ਅੱਗੇ ਦੱਸਦਾ ਉਹ ਸਭ ਤੋਂ ਵੱਡੀ ਪਬਲਿਸਿਟੀ ਹੁੰਦੀ ਹੈ। ਥੈਂਕ ਯੂ ਸਰ।